ਬਿਰਹਮਤਿਕਾਸਤਗੀਸ ਮੁਸਤਗੀਸ ਯਾ ਗਫੂਰ ਰਹੀਮ ਸਲਾਮ ਅਲਾ ਮੁਹੰਮਦ ਲਾ ਇਲਾਹਾ ਇਲਲਲਾਹ ਯਾ ਵਾਸਿਉਨ ਕਰੀਮ ਯਾ ਅਲੀਮੁਲ ਹਕੀਮ ਇਨਕਾ ਵਲਾ ਕੁਲ ਸ਼ੈਨ ਕਦੀਰ ਵਸਲਾਤੋ ਵਸਲਾਮੁ ਅਲਾ ਅਸ਼ਰਫਿਲ ਅੰਬੀਆ ਵਲ ਮੁਰਸਲੀਨ ਵਖਾਤਮਿਨ ਨਬੀਨ ਵਮਾ ਅਰਸਲਨਾਕਾ ਇਲਾ ਰਹਿਮਤਨ ਲਿਲ ਆਲਮੀਨ ਸਲਾਮ ਵਅਲਾ ਵਸੀਯਹੀ ਵਜ਼ੀਰਹੀ ਵਖਲੀਫਤਹੀ ਵਬਨੋ ਅਮੇਹੀ ਅਮੀਰ ਅਲ ਮੁਮਿਨੀਨ ਨਾਰਾਏ ਹੈਦਰੀ ਅਦਰਿਕ ਨੀਫੀ ਸਬੀਲਿਲਲਾਹ ਵਾਲਾ ਸੈਯਦਤਿਲ ਜਲੀਲਤਿਲ ਮਖਦੂਮਤਿਲ ਮਜ਼ਲੂਮਤਿਲ ਮਹਰੂਮਤ ਅਨ ਹੱਕ ਮੀਰਾ ਉਸ ਅਬੀਹ ਵਅਲਲ ਹਸਨਿਲ ਮਾਸੂਮਿਲ ਮਸਮੂਮ ਵਲ ਹੁਸੈਨਿਲ ਗਰੀਬ ਮਜ਼ਲੂਮਿਲ ਮਕਤੂਲਿਲ ਮਜ਼ਬੂਹ ਮਿਨਲ ਕਫਾਫਿਲ ਕਰਬਲਾ ਯੌਮ ਅਸ਼ੂਰਾ ਅਲਜ਼ੀ ਕਾਨਾ ਕਾਲ ਵਕਤ ਵਦਾਈ ਮਿਨਲ ਖਯਾਮ ਯਾ ਜ਼ੈਨਬੋ ਵਯਾ ਉਮ ਕੁਲਸੂਮਿਨ ਵਯਾ ਰੁਕਯਾ ਤੋ ਵਯਾ ਫਿਜ਼ਤ ਜਾਰੀਅਤ ਉਮੀ ਜ਼ਹਰਾ ਅਲੈਕੁਨ ਮਿਨ ਸਲਾਮ
وَلَعْنَةُ اللَّهِ عَلَىٰ قَوْمِ الظَّالِمِينَ بے شمار صبح و شام ضرب بے شمار. کریم اللہ تمام مومنین سادات و غیر سادات نو معرفت محمد و آل محمد عطا فرما. عیسائیاں دی ڈیوٹی اپنے پاک دربار وچ منظور فرما. اس پاک مشن وچ انہاں نوں اور ترقی عطا فرما. مجلس حسین تحفظ توحید بھی ہے اور تحفظ نبوت بھی ہے. مجلس حسین پتہ لگتا ہے کہ اساں توحید نو کیویں مننا. چونکہ حسین دا نانا ابتدا غار حرا اٹھے ورقہ بن نوفل در نہیں سیدھے چوکھٹ ابو طالب دے گئے ہیں کہ چچا جس امر واسطے میں غار وچ بیٹھا ہوں وہ اللہ نے اجازت دے دیتی ہے. غور ہے نا سارا. شیخ مفید علیہ رحمہ لکھ دین کہ اس ٹائم ابو طالب زلفا سوار رہے آئیں اپنے بھتیجے دیر مسکرا کے ویک کے فرمائیں دین ابتدا تو کر مدد جانے ابو طالب جانے. جڑے بندے تاریخ تو واقف ہو ویکھو نا غار وچ معاہدہ تا نبی نے عالم ارواح چ پڑھیا. غار حرا دا کیوں ہے؟ غار وچ نبی یاد دے رہے میرے اللہ کام ترائے میں کلا اللہ نبی دے ذمے غار وچ لا دیتا کہ ابتدا تو کر دین بناونا ہی تائیں دین پھیلاونا بھی تائیں اور دین دی حفاظت بھی تائیں محمد کرنی ہے. توجہ ہے تو ابتدا مجلس وچ ملنگ عظیم جملہ دیندا اللہ فرمائے جا جا ابتدا کر دین جدو بناون دی واری آئی تیری مدد ابو طالب کرے گا جدا پھیلاون دی واری آئی مدد علی کرے گا جدا بچاون دی واری آئی مدد حسین کرے گا. جی بسم اللہ جی ہو یا اللہ. دادا پوترا اور بیٹا اسے گھر وچ دین ہی نے اسے گھر نے توحید دا سجدہ سکھایا. کون کم بخت اور کم علم آتا کہ علی اللہ ہے وہ اللہ ہی تدسنا ہے. غور نہیں فرمایا
ਤੇ ਜਿਹੜੇ ਅੱਲਾ ਦੱਸਣ ਆਏ ਉਹ ਆਪਣੇ ਆਪ ਨੂੰ ਅੱਲਾ ਮਨਵਾਉਂਦੇ ਨਹੀਂ। ਤਵੱਜੋ ਹੈ ਤਾਂ ਅੱਜ ਇੱਕ ਹਰਾਮ ਦਾ ਗਿਆ ਖਲਾ ਡੀ ਪੀ ਓ ਕੋਲ, ਬਈ ਉਹ ਜੀ ਆਦਨ ਅਲੀ ਅੱਲਾ, ਸਭ ਤੋਂ ਪਹਿਲੇ ਜਿਸ ਅਲੀ ਨੂੰ ਅੱਲਾ ਆਖਿਆ ਅਲੀ ਨੇ ਉਸ 'ਤੇ ਲਾਨਤ ਭੇਜੀ ਹੈ। ਬਹੁਤ ਅਜ਼ੀਮ ਜੁਮਲਾ ਸ਼ਾਲਾ ਮੈਨੂੰ ਯਾਦ ਰਹੇ, ਅਲੀ ਬਾਦਸ਼ਾਹ ਖੁਤਬੇ 'ਚ ਮਾਰ ਜੀ ਫਰਮਾਇਆ ਖੁਤਬੇ ਕਿ ਮੈਂ ਅਲੀ ਨੂੰ ਖਾਹਿਸ਼ ਨਹੀਂ ਕਿ ਮੈਂ ਅੱਲਾ ਬਣ ਜਾਵਾਂ, ਅੱਲਾ ਨੂੰ ਖਾਹਿਸ਼ ਹੈ ਮੈਨੂੰ ਅਲੀ ਆਖੋ। ਉਹ ਕੋਈ ਹਰਾਮ ਦਾ ਇੱਥੋਂ ਗਿਆ ਨੇ, ਉਹ ਮੇਰੇ ਨਾਲ ਬਹਿਸ ਤਾਂ ਕਰੇ, ਸਾਬਿਤ ਤਾਂ ਕਰੇ ਮੈਂ ਕੀ ਆਖਿਆ। ਮੈਂ ਤਾਂ ਅੱਜ ਵੀ ਪਿਆਨਾ ਜਿਹੜਾ ਅਲੀ ਨੂੰ ਅੱਲਾ ਆਖੇ, ਸਭ ਤੋਂ ਪਹਿਲੇ ਜ਼ਿੰਦਗੀ ਵਿੱਚ ਅੱਲਾ ਦੇ ਇਸ ਜਹਾਨ 'ਤੇ ਅਲੀ ਨੇ ਉਸ 'ਤੇ ਲਾਨਤ ਭੇਜੀ ਹੈ। ਉਹ ਲਾਨਤੀ ਬੈਠਾ ਤੇ ਉਠੀਵੇ ਮੈਨੂੰ ਕਾਇਲ ਕਰੇ, ਉਹ ਕੋਈ ਹਰਾਮ ਦਾ ਜਿਹੜੇ ਮਜਲਸ 'ਚ ਹਰਾਮ ਦੇ ਨਹੀਂ ਆਉਂਦੇ, ਨਬੀ ਕੋਲ ਆਉਂਦੇ, ਇਮਾਮ ਕੋਟ 'ਚ ਨਹੀਂ ਆਉਂਦੇ। ਉਹ ਅੱਲਾ ਦੱਸਣ ਆਇਆ, ਅੱਲਾ ਮਨਵਾਵਣ ਆਇਆ, ਤੇ ਜਿਹੜੇ ਅੱਲਾ ਮਨਵਾਵਣ ਆਇਆ, ਵੇਖੋ ਨਾ ਆਦਮ ਤੋਂ ਖਾਤਮ ਤੱਕ ਸਾਰੀਆਂ ਉਮਤਾਂ ਹਰ ਨਬੀ ਤੋਂ ਪੁੱਛਦੀਆਂ ਰਹੀਆਂ, ਬਈ ਉਹ ਅੱਲਾ ਵਿਖਾ ਤਾਂ ਸਹੀ, ਸਿਰ ਤੱਲੇ ਕਰ ਵੰਨੀ ਮੈਂ ਸਿਆਣ ਲੈਣਾ ਹੀ ਜਿਹੜਾ ਹੀ ਹਰਾਮ ਦਾ ਬੈਠਾ। ਹਰ ਨਬੀ ਤੂੰ ਉਮਤ ਪੁੱਛਦੀ ਰਹੀ ਅੱਲਾ ਵਿਖਾਓ, ਸਾਢੇ 300 ਜੁੱਠੇ ਖੁਦਾਵਾਂ ਤੇ 360 ਤੇ ਲਾਨਤ ਕੀਤੀ ਨੇ, ਜਿਹੜਾ ਮਨਵਾਈਂਦੇ ਪਏ ਹੋ ਅੱਲਾ ਵਿਖਾ ਤਾਂ ਸਹੀ, ਕਈ ਡਿੱਠਾ ਹੋਵੇ ਆ ਤਾਂ ਨਬੀ ਵੀ ਖਾਈਂਦੇ, ਕਿਉਂਕਿ ਅੱਲਾ ਤਾਂ ਨਜ਼ਰ ਆ ਨਹੀਂ ਸਕਦਾ। ਇਹ ਆ ਤਾਂ ਉਸ ਦੇ ਸਟੇਟਸ ਦੇ ਖਿਲਾਫ ਗੱਲ ਆਈ, ਕਿਉਂਕਿ ਅੱਲਾ ਜਿਸਮੋ ਜਿਸਮਾਨੀਅਤ ਤੋਂ ਮੁਬਰਾ ਔਰ ਮੁਨੱਜ਼ਾ। ਵੇਖੋ ਨਾ ਕਮਾਲ ਅਲੀ ਔਰ ਔਲਾਦ ਅਲੀ ਦਾ ਕਮਾਲ ਵੇਖੋ, ਬਾਬਾ ਜੀ ਕਾਇਨਾਤ ਦੀ ਕੀਮਤ ਦਾ ਜੁਮਲਾ ਅਤਾ ਹੁਸੈਨ ਦੇ ਰਿਹਾ, ਇਹ ਸਈਦਾਂ ਦਾ ਕਮਾਲ ਏ। ਉਹ ਲਾ ਮਹਿਦੂਦ ਨੂੰ ਮਹਿਦੂਦ ਜ਼ਿਹਨਾਂ 'ਚ ਮਨਵਾ ਵੀ ਲਿਆ, ਲਾ ਮਹਿਦੂਦ ਲਾ ਮਹਿਦੂਦ ਰਿਹਾ, ਮਹਿਦੂਦ ਜ਼ਿਹਨ ਅਲੀ ਫੱਟਣ ਤੋਂ ਵੀ ਬਚਾ ਲਾਇਆ। ਜ਼ਿਹਨ ਫਟ ਵੈਂਦੇ ਅਗਰ ਸੈਯਦ ਅੱਲਾ ਨਾ ਮਨਵਾਵੇਣ ਆਉਂਦੇ ਤਾਂ। ਦੁਨੀਆ ਸੋਚ ਸੋਚ ਕੇ ਦਿਮਾਗ ਪਾੜ ਬਾਂਦੀ, ਬਈ ਅੱਲਾ ਕੈਸਾ ਹੋ ਸੀ, ਅੱਲਾ ਕੀ ਹੋ ਜਿਹਾ ਹੋ ਸੀ। ਤੇ ਮੈਂ ਗੱਲ ਤਾਂ ਇਤਨੀ ਨਹੀਂ ਕੀਤੀ, ਬਈ ਤੀਰ ਨਬੀ ਮਰੇਂ ਦਾ ਅੱਲਾ ਦਾ ਨਹੀਂ ਮੈਂ ਮਾਰਿਆ, ਜੰਗ ਖੰਦਕ ਅਲੀ ਫਤਿਹ ਕਰੇਂ ਦਾ ਅੱਲਾ ਦਾ ਮੈਂ ਫਤਿਹ ਕੀਤੀ ਹੈ। ਅੱਗੋਂ ਉਹਦੇ ਸਮਝਣ 'ਚ ਫਰਕ ਆਈ, ਉਹਦੇ ਜ਼ਰਫ ਦਾ ਕੋਈ ਫਰਕ ਲੱਗਾ, ਅਤੇ ਪਿੱਛੋਂ ਕੋਈ ਹੁਣ ਫਰਕ ਲੱਗਾ ਹੋਇਆ, ਹੁਣ ਮੇਰਾ ਕਿਹੜਾ ਕਸੂਰ। ਹਰਾਮ ਦੇ ਨਬੀਆਂ ਨੂੰ ਅਤੇ ਵਲੀਆਂ ਨੂੰ ਭੌਕਦੇ ਰਹੇ, ਮੈਂ ਤਾਂ ਗੁਨਾਹਗਾਰ ਜਿਹਾ ਬੰਦਾ, ਅਤੇ ਉਹ ਮੈਂ ਮਹਿਸੂਸ ਹੀ ਕਦੀ ਨਹੀਂ ਕੀਤਾ, ਕਿਉਂਕਿ ਜਿਹੜੇ ਖੁਸ਼ ਹੋ ਕੇ ਫਜ਼ੀਲਤ ਸੁਣ ਕੇ ਅਲੀ ਦਾ ਨਾਰਾ ਮਰਿੰਦੇ ਹੋ ਤਾਂ ਸੁਭਾਨ ਅੱਲਾ ਤੇ ਵਾਹ ਵਾਹ, ਵੇਖੋ ਨਾ ਮੈਂ ਇਤਨਾ ਹੋਰ ਉੱਤਾਂ ਹੋਵੇ ਨਾ,
ਇਹ ਤੁਹਾਡੀ ਖੁਸ਼ਾਮਤ ਨਹੀਂ, ਕੋਈ ਵਾਹ ਵਾਹ ਕਰ ਹੀ ਨਹੀਂ ਸਕਦਾ ਅਲੀ ਦੀ ਫਜ਼ੀਲਤ ਤੇ ਜਬ ਤੱਕ ਉਸਦੀ ਮਾਂ ਚੰਗੀ ਨਾ ਹੋਵੇ। ਕੋਈ ਅਲੀ ਦੀ ਫਜ਼ੀਲਤ ਤੇ ਸੁਬਹਾਨ ਅੱਲਾ ਆਖ ਕੇ ਜੰਪ ਮਾਰ ਹੀ ਨਹੀਂ ਸਕਦਾ, ਉਹਦੇ ਜ਼ਰਫ ਚ ਉਹਦੀ ਤੀਨਤ ਚ। ਅਲੀ ਫਰਮਾਇੰਦੇ ਨੇ ਜਿਹੜਾ ਮੇਰੀ ਫਜ਼ੀਲਤ ਤੇ ਖੁਸ਼ ਹੁੰਦਾ ਤੇ ਜ਼ਮੀਨ ਤੋਂ ਉੱਠ ਕੇ ਜ਼ਾਕਿਰ ਆਲਮ ਨੂੰ ਵਾਹ ਵਾਹ ਕਰਦਾ, ਉਸਦੀ ਮਜਬੂਰੀ ਹੈ, ਉਹ ਆਪਣੇ ਆਪ ਨੂੰ ਜ਼ਮੀਨ ਤੇ ਤਸੱਵਰ ਹੀ ਨਹੀਂ ਕਰਦਾ, ਉਹ ਆਪਣੇ ਆਪ ਨੂੰ ਅਰਸ਼ ਤੇ ਬੈਠਾ ਹੋਇਆ ਤਸੱਵਰ ਕਰਦਾ। ਜੇ ਅਲੀ ਤੇ ਵਾਜੇ ਵੀ ਉਸ ਮੋਮਿਨ ਦੀ ਰੂਹ ਨਾਲ ਅਲੀ ਦਾ ਨੂਰ ਟੱਚ ਆਉਂਦਾ। ਬਈ ਜਾਓ ਮੈਨੂੰ ਮਨਵਾਓ, ਮੈਨੂੰ ਕੋਈ ਨਬੀ ਨਹੀਂ ਮਨਵਾ ਸਕਿਆ, ਨਬੀਆਂ ਨੂੰ ਤਾਂ ਭੁੱਲ ਗਈ, ਜਿਹੜਾ ਉਹਨਾਂ ਅੱਲਾ ਦੱਸਿਆ ਉਹਨਾਂ ਨੂੰ ਹੀ ਭੁੱਲ ਗਈ। ਤੁਸੀਂ ਜਾਓ, ਤੁਸੀਂ ਮੈਨੂੰ ਮਨਵਾਓ, ਜਿਹੜੇ ਜਿਹੜੇ ਮੈਂ ਅਰਸ਼ ਤੇ ਦਾਅਵੇ ਕੀਤੇ ਨੇ ਉਹ ਤੁਸਾਂ ਮੈਨੂੰ ਕੰਮ ਕਰਨੇ ਨੇ, ਉਹਨਾਂ ਨੂੰ ਦੱਸੋ ਸਾਡਾ ਅੱਲਾ ਏਡਾ ਕਰੀਮ ਏ, ਏਡਾ ਰਹੀਮ ਏ, ਅਗਰ ਉਹ ਤੁਹਾਨੂੰ ਤੰਗ ਕਰਨ ਬਈ ਸਾਨੂੰ ਅੱਲਾ ਵਿਖਾਓ, ਕਿਉਂਕਿ ਉਹ ਵੇਖੇ ਹੋਇਆਂ ਨੂੰ ਅੱਗੇ ਝੁਕਦੇ ਆਏ। ਅੱਛਾ, ਉਹਨਾਂ ਨੂੰ ਦੱਸਿਆ ਹੈ ਬਈ ਸਾਡਾ ਅੱਲਾ ਨਜ਼ਰ ਨਹੀਂ ਆਉਂਦਾ, ਇਹੋ ਹੀ ਹਰ ਨਬੀ ਨੂੰ ਅੱਲਾ ਆਖਿਆ। ਤੇ ਜਿਹੜਾ ਨਜ਼ਰ ਨਾ ਹੀ ਆਉਂਦਾ, ਅਬੂ ਤਾਲਿਬ ਦੇ ਬੇਟੇ ਨੇ ਇੰਜ ਗਰਦਨ ਤੇ ਲੱਤ ਰੱਖ ਕੇ ਮਨਵਾਇਆ, ਜਿਸ ਅੱਲਾ ਦੀ ਦੁਸ਼ਮਣੀ ਹੈ 360 ਅੱਲਾ ਬਣਾਇਆ ਨੇ, ਤੇ ਸਈਦਾਂ ਨੂੰ ਮਰੇਂਦੇ ਰਹੇ, ਨਬੀ ਨੂੰ ਪੱਥਰ ਮਰੇਂਦੇ ਰਹੇ, ਨਬੀ ਅੱਲਾ ਦੀ ਤਬਲੀਗ ਕਰਦਾ ਰਿਹਾ, ਅਬੂ ਤਾਲਿਬ ਦੇ ਬੇਟੇ ਨੇ ਇੰਜ ਗਰਦਨ ਤੇ ਲੱਤ ਰੱਖ ਕੇ ਅੱਲਾ ਮਨਵਾਇਆ, ਹੁਣ ਅੱਲਾ ਨਹੀਂ ਛੁੜੇਂਦੇ, ਅਲੀ ਨੂੰ ਛੋੜ ਗਏ, ਅਲੀ ਨੂੰ ਛੋੜ ਗਏ। ਇਹ ਹਰਾਮਜ਼ਾਦੇ ਦੀ ਪਹਿਚਾਨ ਹੀ ਨੇ, ਰਾਜੀ ਬੈਠੇ ਹੋ, ਅਜੇ ਤਾਈਂ ਮੈਨੂੰ ਨਜ਼ਰ ਨਹੀਂ ਆਇਆ। ਸੱਪ ਨੂੰ ਤਕਦੀਰ ਚ ਆਏ ਨਾ ਉਹ ਰਾਹ ਤੇ ਆਵਾ, ਤੇ ਜੱਟ ਨੂੰ ਤਕਦੀਰ ਚ ਆਏ ਤਾਂ ਉਹ ਸੈਯਦ ਫਕੀਰ ਨੂੰ ਬੌਕਦਾ, ਇਹੋ ਜਿਹਾ ਹੀ ਹੋਣਾ। ਸਮਝ ਆ ਗਈ ਨੇ ਅਕੀਦੇ ਦੀ, ਅੱਲਾ ਵਾਹਿਦ ਲਾ ਸ਼ਰੀਕ, ਅਲੀ ਤੋਂ ਉਹਦੀ ਗਰਦਨ ਕੱਟੀ ਹੈ ਜਿਸ ਅਲੀ ਨੂੰ ਅੱਲਾ ਆਖਿਆ ਹੈ। ਅਤੇ ਕੋਈ ਕਹੀਂ ਤੂੰ ਬੰਦਾ ਟੁੱਕਰ ਮੰਗਣ ਨਾਲ ਮੁਸ਼ਰਕ ਨਹੀਂ ਆਉਂਦਾ, ਨਹੀਂ ਤੂੰ ਸਭ ਤੋਂ ਵੱਡਾ ਤੂੰ ਮੁਸ਼ਰਕ ਹੈ ਜਿਹੜਾ ਦਰਸ ਵਾਸਤੇ ਡੇਰੀਆਂ ਹੀ ਪਿੰਨਾ ਹੈ। ਅਤਾ ਹੁਸੈਨ ਤੂੰ ਟੋਪੇ ਮੰਗ ਲੈਣ ਨਾਲ ਤੂੰ ਮੁਸ਼ਰਕ ਨੂੰ ਬਣਦਾ, ਜੇ ਅਲੀ ਤੂੰ ਬੰਦਾ ਟੁੱਕਰ ਮੰਗ ਲੈ ਤਾਂ ਮੁਸ਼ਰਕ ਬਣਵਾਈਂਦਾ। ਉਹ ਵੇਖੋ ਨਾ ਬਈ ਪਸੀਨਾ ਫਰਿਸ਼ਤੇ ਪਸੀਨਾ ਨਹੀਂ ਨਬੀ ਦਾ, ਨਬੀ ਪਸੀਨਾ ਸਟਿਆ ਤੇ ਫਰਿਸ਼ਤੇ ਬਣ ਗਏ, ਇੰਨੀ ਗੱਲ। ਅਤੇ ਉਹ ਪਸੀਨਾ ਵੀ ਨੂਰੀ ਹੈ, ਕਿਉਂਕਿ ਫਰਿਸ਼ਤੇ ਨੂਰੀ ਨਹੀਂ ਆਉਂਦੇ, ਫਰਿਸ਼ਤੇ ਆ ਗਈ ਹਨ, ਖਾਕੀ ਹਨ ਪਿਆ ਤਾ ਜੀ ਆ।
ਨੂਰੀ ਅੰਨ ਫਰਿਸ਼ਤੇ ਤੇ ਬਣੇ ਕਿਦੂ ਹੈ? ਮੁਸਤਫਾ ਮੇਰੇ ਨਬੀ ਦੇ ਪਸੀਨੇ ਚੋਂ ਬਣੇ ਨਾ, ਡਾਕਟਰ ਹਜ਼ਰਾਤ ਆਦਿਨ ਕੇ ਪਸੀਨਾ ਮਫਜ਼ੂਲ ਹੈ, ਖੂਨ ਅਫਜ਼ਲ ਹੈ। ਸਮਝ ਤਾਂ ਗਏ ਹੋ, ਬਸ ਜਾਣ ਕੇ ਆਦੇ ਹੋ ਮੈਂ ਗੱਲ ਰੜੇ ਤੇ ਚਾੜੇ, ਤੁਸੀਂ ਮੈਨੂੰ ਡਕਈ ਸੋ ਯਾਰ ਬਈ, ਖੂਨ ਨਿਕਲੇ ਜਲਦੀ ਜਲਦੀ ਪੱਟੀ ਬੰਨੀ ਪਈ, ਖੂਨ ਜ਼ਾਇਆ ਨਾ ਹੋਵੇ, ਪਸੀਨਾ ਆਇਆ ਸੱਟ ਛੋੜ। ਨਬੀ ਦੀ ਕੋਈ ਸ਼ਾਇ ਵੀ ਫਾਜ਼ਿਲ ਨਹੀਂ, ਪਹਿਲੇ ਤਾਂ ਇਹ ਅਕੀਦਾ ਹੀ ਨਹੀਂ, ਕਿਉਂਕਿ ਉਹ ਮੰਬਾ ਨੂਰ ਹੈ, ਮਰਕਜ਼ ਨੂਰ ਹੈ, ਇਸ਼ਕ ਤੌਹੀਦ ਚ, ਅੱਲਾ ਦੇ ਇਸ਼ਕ ਚ ਨਬੀ ਨੂੰ ਪਸੀਨਾ ਆਇਆ, ਉਹ ਸਟਿਆ ਤੇ ਫਰਿਸ਼ਤੇ ਬਣੇ, ਨਬੀ ਬਣੇ। ਇੰਨੀ ਗੱਲ ਤੇ ਇਹ ਗੱਲ ਪੱਕੀ ਗੱਲ ਹੈ ਬਈ, ਖੂਨ ਪਸੀਨੇ ਨਾਲੋਂ ਅਫਜ਼ਲ ਹੁੰਦਾ, ਪਸੀਨਾ ਅਫਜ਼ਲ ਹੁੰਦਾ, ਬੋਲੋ ਖੂਨ ਅਫਜ਼ਲ। ਉਹ ਜਿਹੜੇ ਫਰਿਸ਼ਤੇ ਬਣੇ ਨੇ ਉਹਨਾਂ ਦੀ ਅੱਲਾ ਡਿਊਟੀ ਲਾਈ ਹੈ, ਜਿਹੜੇ ਮੁਸਤਫਾ ਦੇ ਪਸੀਨੇ 'ਚ ਬਣੇ ਨੇ। ਮੇਕਾਇਲ ਜਾ ਤੈਂ ਕਾਇਨਾਤ 'ਚ ਰਿਜ਼ਕ ਵੰਡਣਾ ਹੈ, ਓਏ ਅਜੇ ਹੀ ਬੈਠੇ ਹੋ, ਅਜੇ ਹੀ ਜ਼ਮੀਨ ਮੱਲੀ ਬੈਠੇ ਹੋ ਜੀ, ਬਿਸਮਿਲ੍ਲਾ ਬਿਸਮਿਲ੍ਲਾ। ਇਸ ਰਫੀਲ ਤੈਂ ਪੂਰੀ ਕਾਇਨਾਤ 'ਤੇ ਹਵਾ ਚਲਾਉਣੀ, ਮਲਕਲ ਮੌਤ ਤੈਂ ਪੂਰੇ ਜਹਾਨ ਤੋਂ ਰੂਹਾਂ ਕਬਜ਼ ਕਰਨੀ, ਅਤੇ ਮਲਕਲ ਮੌਤ ਅਮੈਰੀਕਾ ਲਿਆਂਦਾ ਹੀ ਉਹ ਹੀ ਨੇ ਜਿਹੜਾ ਦਾ ਚਾਕਾ ਲਿਆਂਦਾ, ਇੱਕੋ ਹੈ ਨਾ, ਅਤੇ ਵੱਧ ਪਾਗਲ ਹੋਏ ਵਧੇ ਨੇ ਬਈ। ਪਸੀਨੇ ਨੂੰ ਅੱਲਾ ਇਤਨੀ ਤਾਕਤ ਦਿੱਤੀ ਹੈ ਬਈ, 10,000 ਬੰਦਾ ਅਮੈਰੀਕਾ 'ਚ ਮੋਇਆ, 10,000 ਚੀਨ ਹੈ, 10,000 ਲਬਨਾਨ ਹੈ, 10,000 ਇੰਡੀਆ ਹੈ, 10,000 ਰੂਸ 'ਚ ਮੋਇਆ, ਅਤੇ ਅੱਲਾ ਪਿਆਦਾ ਉਹ 11:00 ਇੱਕ ਮਿੰਟ 'ਤੇ ਇਹ 60,000 ਬੰਦਾ ਮੁਤਅੱਦਿਦ ਮੁਲਕਾਂ 'ਤੇ ਜਿਹੜੇ ਮਰਦਾ ਪਿਆ, 11:00 ਡੇਢ ਮਿੰਟ ਨਾ ਹੋਵੇ ਤਾਂ ਸਾਰਿਆਂ ਦੀਆਂ ਰੂਹਾਂ ਛਿੱਕ ਕੇ ਮੇਰੇ ਪੇਸ਼ ਕਰਨੀਆਂ ਨੇ। ਓਏ ਤਵੱਜੋ ਨਹੀਂ ਫਰਮਾਈ, ਨਬੀ ਦਾ ਪਸੀਨਾ ਮਲਕਲ ਮੌਤ ਪੂਰੇ ਜਹਾਨ ਤੇ ਹਾਜ਼ਰ ਨਾਜ਼ਰ ਹੈ, ਅਲੀ ਨੂੰ ਪਤਾ ਹੀ ਕੋਈ ਨਹੀਂ, ਅਲੀ ਤਾਂ ਨਬੀ ਦਾ ਖੂਨ ਹੈ। ਓਏ ਮਲਕਲ ਮੌਤ ਤੇਰੇ ਵਿਹੜੇ ਆ ਸਕਦਾ ਤੇ ਅਲੀ ਸਿਰਾਂ ਦੀ ਕੁਰਸੀ ਨਹੀਂ ਲਾ ਸਕਦੇ ਜੀ, ਇਹ ਅੱਲਾ ਦਾ ਨਿਜ਼ਾਮ ਹੈ। ਉਹ ਅਕਬਰ ਬਾਦਸ਼ਾਹ ਮੁੱਲਾਂ ਤੋਂ ਪਿਆਦਾ ਵਜ਼ੀਰ ਆ, ਸੁਣ ਅਕਬਰ ਬਾਦਸ਼ਾਹ ਉਸ ਆਖਿਆ, ਏ ਮੁੱਲਾਂ ਮੇਰੀ ਤੱਲੀ 'ਤੇ ਵਾਲ ਕਿਉਂ ਨਹੀਂ? ਉਸ ਆਖਿਆ, ਜੇ ਤੂੰ ਸਖੀ ਬਹੂ, ਸਖਾਵਤ ਕਰ ਕਰਕੇ ਤੇਰੇ ਵਾਲ ਡਾਂ। ਉਹ ਬੜਾ ਮਜ਼ਾ ਹੀ ਹੈ, ਬੜਾ ਇਹ ਤਾਰੀਖੀ ਗੱਲ। ਉਸ ਆਖਿਆ, ਮੇਰੇ ਤਾਂ ਸਖਾਵਤ ਤੂੰ ਡੱਠਣ ਤੇ ਤੇਰੇ, ਉਸ ਆਖਿਆ ਮੇਰੇ ਲੈ ਲੈ ਕੱਢਾ ਗਿਆ। ਗੱਲ ਮੈਨੂੰ ਵੱਡੀ ਯਾਦ ਆਈ ਬੈਠੀ ਨੇ, ਅੱਜ ਆਖਿਆ ਮੇਰੇ ਦੇ ਕੇ ਡੱਠੇ, ਤੇਰੇ ਲੈ ਲੈ ਕੇ ਡੱਠੇ, ਅਤੇ ਬਾਕੀ ਜਿਹੜੀ ਗਰੀਬ ਆਵਾਮ ਹੈ ਉਹਨਾਂ ਦੇ ਹੀ ਤਾਂ ਕੋਈ ਨਹੀਂ। ਉਸ ਆਖਿਆ ਮੇਰੇ ਲੈ ਲੈ ਕੇ ਡੱਠੇ, ਤੁਹਾਡੇ ਦੇ ਕੇ ਡੱਠੇ, ਬਾਕੀ ਮਖਲੂਕ ਦੇ ਅਫਸੋਸ ਦੇ ਹੱਥ ਮਲ ਮਲ ਕੇ ਡੱਠੇ,
ਤਵੱਜੋ ਹੈ ਤਾਂ ਮਲੰਗ ਅਜ਼ੀਮ ਜੁਮਲਾ ਦੇ ਰਿਹਾ, ਇਲਮ ਅੱਲਾ ਦਾ ਹੈ, ਲੈਂਦਾ ਅਲੀ ਪਿਆ, ਤੈਨੂੰ ਕਿਉਂ ਡਬਲ ਨਮੂਨੀਆ ਹੋ ਗਿਆ? ਉਹਦੀ ਮਰਜ਼ੀ ਜਿਸ ਨੂੰ ਅਤਾ ਚ ਕਰੇ, ਉਹਦੀ ਮਰਜ਼ੀ ਨਬੀ ਨੂੰ ਅਤਾ ਕਰੇ, ਅਲੀ ਨੂੰ ਅਤਾ ਕਰੇ, ਤੇ ਅੱਲਾ ਦੀ ਦਿੱਤੀ ਹੋਈ ਤਾਕਤ ਦਾ ਜਿਹੜਾ ਮੁਨਕਰ ਹੈ ਉਹ ਸ਼ੈਤਾਨ ਹੈ। ਮੁਹੰਮਦ ਵਾਲੇ ਮੁਹੰਮਦ ਨੂੰ ਅੱਲਾਹ ਨੇ ਤਾਕਤ ਦਿੱਤੀ ਹੈ, ਤੇ ਜਿਹੜਾ ਉਸ ਤਾਕਤ ਨੂੰ ਨਹੀਂ ਮੰਨਦਾ ਉਹ ਮੁਸ਼ਰਕ ਹੈ। ਮੁਸ਼ਰਕ ਤਾਂ ਹੈ ਬੰਦਾ ਵੀ ਅੱਲਾਹ ਜਾਂ ਕੋਈ ਅੱਲਾਹ ਬਣਾ ਕੇ ਉਹਦੀ ਪੂਜਾ ਪਾਠ ਕਰੇ, ਉਹ ਤਾਂ ਮੁਸ਼ਰਕ। ਤੇ ਅੱਲਾਹ ਜੀ ਅੱਲਾਹ ਤਾਂ ਉਹ ਬਣਾਏ ਜਿਸ ਅੱਲਾਹ ਡਿੱਠਾ ਹੋਵੇ। ਸਾਨੂੰ ਤਾਂ ਨਬੀ ਦੱਸਿਆ, ਅਲੀ ਦੱਸਿਆ, ਅਸਾਂ ਮੰਨ ਲਿਆ, ਤਾਂ ਹੀ ਸਜਦਾ ਕਰਨੇ ਆਏ, ਤਾਂ ਹੀ ਨਮਾਜ਼ ਪੜ੍ਹਨੇ ਆਏ। ਮੁਹੰਮਦ ਵਾਲੇ ਮੁਹੰਮਦ ਆਖਿਆ ਤਾਂ ਰੋਜ਼ਾ ਰੱਖਣੇ ਆਏ, ਤੈਨੂੰ ਘਰ ਅੱਲਾ ਤਾਂ ਨਹੀਂ ਨਾ ਆਖਿਆ। ਅੱਠਵੇਂ ਬਾਦਸ਼ਾਹ ਕੋਲ ਮਾਮੂਨ ਔਰ ਰਸ਼ੀਦ ਪੁੱਛਿਆ, ਉਹ ਹਿਸਾਬ ਕਿਤਾਬ ਲੈਣ ਅੱਲਾ ਕੁਰਸੀ ਤੇ ਬਾਸੀ। ਮੌਲਾ ਫਰਮਾਇੰਦੇ ਨੇ ਤੁਹਾਨੂੰ ਆਮਾਲ ਦੱਸੇ ਕਹਿਣ, ਨਹੀਂ ਸਮਝਾ ਸਕਿਆ। ਉਹ ਸਾਖਿਆ ਦੀ ਤੁਹਾਡੀ ਜਦ ਮੁਹੰਮਦ ਵਾਲੇ ਮੁਹੰਮਦ ਨੇ ਮੌਲਾ ਫਰਮਾਇਆ ਜਿਸ ਦੱਸੇ ਹੀ ਨਹੀਂ ਉਸ ਬਣ ਕਿਆ ਹਿਸਾਬ ਲੈਣੀ ਉਹ ਆਸੀ ਜਿਸ ਅਮਾਲ ਦੱਸੇ। ਅੱਲਾ ਦੀ ਤਰਫੋਂ ਇਹ ਨਏ ਬਿਨ ਅੱਲਾ ਨੇ ਇਹਨਾਂ ਨੂੰ ਨਏ ਬਣਾ ਕੇ ਭੇਜਿਆ, ਜਾਓ ਮੇਰੀ ਕਾਇਨਾਤ ਤੇ ਮੇਰਾ ਤਾਰਫ ਕਰਵਾਓ। ਜਿਹੜੇ ਤਾਰਫ ਕਰਵਾਵੇ ਨਾ ਉਹ ਆਪਣੇ ਆਪ ਨੂੰ ਅੱਲਾ ਨਾ ਇਨਾਤੇ, ਤੇ ਨਾ ਕੋਈ ਮਲੰਗ ਆਦਾ ਨਾ ਕੋਈ ਮਾਤਮੀ ਆਦਾ। ਮਾਤਮੀਆਂ ਮਲੰਗਨ ਤਾਂ ਸ਼ਿਰਕ ਨਾਮੀ ਬਿਮਾਰੀ ਲੱਗ ਨਹੀਂ ਸਕਦੀ। ਜੋ ਮਾਤਮੀਆਂ ਮਲੰਗਾਂ ਤੌਹੀਦ ਬੁੱਤ ਸ਼ਿਕਨ ਤੋਂ ਲਈਏ, ਬੁੱਤ ਪਰਸਤਾਂ ਤੋਂ ਨਹੀਂ ਲਈਏ। ਕੀ ਆ ਗੱਲ ਮਨਵਾਵਣ ਵਾਸਤੇ ਹੀ ਤਾਂ ਇਮਾਮ ਹੁਸੈਨ ਤਿਆਰੀ ਕੀਤੀ ਹੈ ਵਤਨ ਤੋਂ। ਅੱਲਾ ਮਨਵਾਵਣ ਵਾਸਤੇ ਨਮਾਜ਼ਾਂ ਤਾਂ ਹਰ ਕੋਈ ਪੜ੍ਹਦਾ ਪਿਆ ਹੈ, ਰੋਜ਼ੇ ਰੱਖਦਾ ਪਿਆ ਹੈ, ਅੱਲਾ ਨਾ ਨੇ ਪਿਆ ਮੰਨਿੰਦਾ। ਜਿਵੇਂ ਹੁਸੈਨ ਵਾਅਦਾ ਕਰ ਆਇਆ ਉਹ ਅੱਲਾ ਮਨਵਾਵਣ ਵਾਸਤੇ ਹੁਸੈਨ ਹਵੇਲੀ ਦੇ ਅੱਧ ਵਿੱਚ ਖਲੋ ਕੇ ਪਿਆ ਦਿਨ, ਮੇਰੀਆਂ ਭੈਣਾਂ ਕਰੋ ਤਿਆਰੀ, ਹੁਸੈਨ ਜੰਗਲਾਂ ਦੇ ਸਫ਼ਰ ਵਾਸਤੇ ਤਿਆਰ ਹੋ ਗਿਆ। ਬਲਾਉ ਨੇ ਬਾਈ ਮੌਲਾ ਤੁਹਾਡੇ ਇਲਮ ਇਰਫਾਨ ਵਿੱਚ ਔਰ ਬਰਕਤ ਅਤਾ ਫਰਮਾ। ਕਿਹੜੀ ਮਜਬੂਰੀ ਆਈ ਹੋਰ? ਡਿੰਗੀਆਂ ਸਿੱਧੀਆਂ ਪੜ੍ਹਦੇ ਤਾਂ ਸਾਰੇ ਨਾ ਅਨ ਪਾਏ। ਉਹ ਸਿੱਧੀਆਂ ਕਰਵਾਉਣ ਵਾਸਤੇ ਸਿੱਧਾ ਕਿਬਲਾ ਅੱਲਾ ਦੱਸਣ ਵਾਸਤੇ ਹੁਸੈਨ ਸਭ ਤੋਂ ਪਹਿਲੇ ਵਤਨ ਕੁਰਬਾਨ ਕੀਤਾ ਹੈ। ਗਰੀਬ ਤੋਂ ਗਰੀਬ ਬੰਦੋ ਵੇਖੋ ਨਾ, ਗੈਰ ਮੁਲਕ ਵੰਜ ਮਜ਼ਦੂਰੀ ਕਰਦੇ ਤੇ ਖੰਭੇ ਵਤਨ ਤੇ ਆ ਕੇ ਕੱਖਾਂ ਦਾ ਹੀ ਆਲਣਾ ਹੋਵੇ ਨਾ, ਪਰਿੰਦਿਆਂ ਨੂੰ ਹੀ ਵਤਨ ਪਿਆਰਾ ਹੈ। ਤੇ ਵਤਨ ਹੀ ਉਹ ਹੋਵੇ ਜਿੱਥੇ ਨਾਨਕਾ ਸ਼ਹਿਰ ਹੋਵੇ। ਬਲਾਉਣੇ ਬਲਾਉਣੇ
ਮੈਂ ਸ਼ਾਹ ਜੀ ਨੌਕਰ ਨਾਨਕਾ ਸ਼ਹਿਰ ਮਾਂ ਦੀ ਕਬਰ ਛੋੜਨੀ ਆਸਾਨ ਹੁੰਦੀ ਹੈ ਨਾਨੇ ਦਾ ਰੋਜ਼ਾ ਛੋੜਨਾ ਆਸਾਨ ਨਹੀਂ ਮਦੀਨੇ ਦੀਆਂ ਗਲੀਆਂ ਨੂੰ ਹਸਰਤ ਨਾਲ ਹੁਸੈਨ ਵੇਦੇ ਵਧੇ ਬਹਿਣਾ ਤੂੰ ਲੁਕ ਲੁਕ ਕੇ ਹੁਸੈਨ ਸਭ ਤੋਂ ਪਹਿਲੇ ਨਾਨੇ ਦੀ ਕਬਰ ਤੇ ਗਿਆ ਨਾਨਾ ਮੈਂ ਬਹਿਣਾ ਨੂੰ ਕਿਹਦੇ ਲੈ ਵਜਾਂ ਨਾਨਾ ਪਾਰਾ ਤੋਂ ਵੀ ਮੇਰੀ ਬਿਮਾਰ ਦੀ ਮੈਂ ਤੇਰੇ ਆਸਰੇ ਤੇ ਛੋੜੀ ਹੋਈ ਨਾ ਵਤ ਬਿਰਾ ਹਸਨ ਦੀ ਕਬਰ ਤੇ ਗਏ ਵਿਦਾ ਵਾਜੇ ਬਾਈ ਨਾ ਬਿਰਾ ਨੂੰ ਆਦੇ ਨੂੰ ਉੱਠੀ ਕਬਰ ਛੋੜ ਮੈਂ ਆਖਰੀ ਵਾਰੀ ਤੈਨੂੰ ਮਿਲਣ ਆਇਆ ਹਸਨ ਦਾਵੀ ਦੀਦੀ ਗਿਰਾਵੀ ਜ਼ਰੂਰ ਤੇਰੇ ਜਨਾਜ਼ੇ ਤੇ ਲੱਗਿਆ ਹਨ ਮੇਰਾ ਤੀਰਾਂ ਤੇ ਜਨਾਜ਼ਾ ਉਸੇ ਤੇਰੇ ਮਈਅਤ ਚੋਂ ਬਹਿਣਾ ਤੀਰ ਕੱਢਿਆ ਹਨ ਤੇ ਮੇਰੀਆਂ ਬਹਿਣਾ ਮਈਅਤ ਤੋਂ ਜਿਣਕੀ ਕੇ ਉੱਠੀ ਸਨ ਮੇਰੀਆਂ ਬਹਿਣਾ ਮਕਤਲ ਚੋਂ ਇੰਜ ਲੱਗ ਸਨ ਜਿਵੇਂ ਲੱਗਦਾ ਹੀ ਕੁਝ ਨਹੀਂ ਮੋ ਬਲਾ ਉਹਨੇ ਬਲਾ ਉਹਨੇ ਆ ਫਰੀਨ ਬਈ ਮਰਹਬਾ ਮੈਂ ਨੌਕਰ ਹਾਂ ਮੈਂ ਮੌਲਾ ਦਾ ਮਾਤਮੀ ਹੈ ਮੈਂ ਨੌਕਰ ਹਾਂ ਅਸਾਂ ਉੱਠੀ ਬਹਿਣਾ ਨੂੰ ਮਿਲਣਾ ਜਿਹੜ ਲਈ ਨਾ ਵਾਪਸ ਆਵਣਾ ਹੀ ਹਸਨ ਤੂੰ ਹੀ ਨਾ ਸੀ ਜਾਣ ਸਕਸੈ ਉੱਠੀ ਮੈਨੂੰ ਮਿਲ ਲਾ ਤੇਰੇ ਮਈਅਤ ਤੇ ਤੀਰਾਂ ਹਨ ਮੇਰਾ ਤੀਰਾਂ ਤੇ ਮਈਅਤ ਉਸੇ ਮੇਰੀ ਭੈਣ ਪਰੇਸ਼ਾਨ ਹੋ ਕੇ ਭੈਣ ਤੂੰ ਪੁੱਛੀ ਲਾਹ ਤੱਕ ਆਏ ਅੱਲਾ ਜਾਣਾ ਸਜਦੇ 'ਚ ਦੇਰ ਕਿਉਂ ਕੀਤੀ ਸੀ ਮੈਂ ਤਾਂ ਬਹੁਤ ਬੜੇ ਰਾਜ਼ 'ਚ ਤੁਹਾਨੂੰ ਜੁਮਲਾ ਪਹੁੰਚਾ ਦਿੱਤਾ ਪਤਾ ਨਹੀਂ ਕਈ ਨੂੰ ਸਮਝ ਆਈ ਹੈ ਜਾਂ ਨਹੀਂ ਆਈ ਉਹ ਨਿੱਕੀ ਭੈਣ ਦੇ ਗੱਲ 'ਚ ਬਾਈ ਪਾ ਕੇ ਪੁੱਛੀ ਲਾਹ ਤੱਕ ਆਏ ਔਰ 53 ਮਿੰਟ ਥੋੜ੍ਹਾ ਟਾਈਮ ਨਹੀਂ ਆਉਂਦਾ ਲਾਏ ਗਿਆ ਭੈਣ ਨੂੰ ਪਈ ਆਦੀ ਹੈ ਘੰਟਾ ਹੋ ਗਿਆ ਸਜਦਾ ਕਿੱਥੇ ਪਿਆ ਕਰੇਂਦਾ ਆਫਰੀਨ ਬਈ ਮਰਹਬਾ 18 ਦਿਨਾਂ ਦੇ ਪੁੱਤਰ ਦਾ ਜਦੋਂ ਨਾਂ ਲਿਖਵਾਇਆ ਸੀ ਤੇ ਸ਼ਹਿਜ਼ਾਦਾ ਕਾਸਿਮ ਪੁੱਛਦੇ ਨੇ ਹਾਂ ਚਾਚਾ ਅਲੀ ਅਸਗਰ ਨੂੰ ਰਾਜ ਚੈਸੀ ਕੌਣ ਅਜੇ ਮਸਤੂਰਾਂ ਦੇ ਨਾਂ ਨਾ ਲਿਖੀ ਤੇ ਸ਼ਹਿਜ਼ਾਦਾ ਜੁਆ ਪੁੱਛਦਾ ਪਿਆ 6 ਮਹੀਨਿਆਂ ਦਾ 18 ਦਿਨਾਂ ਦਾ ਇਨ ਰਸਤੇ ਚੈਸੀ ਕੌਣ ਯਤੀਮ ਦਾ ਮੂੰਹ ਚੁੰਮ ਕੇ ਹੁਸੈਨ ਫਰਮਾਈਂਦੇ ਨੇ ਕੱਲਿਆਂ ਨਹੀਂ ਇਹਦੀ ਮਾਂ ਹੀ ਨਾਲ ਹੋਣਾ ਇਹਦੀਆਂ ਫੁੱਫੀਆਂ ਹੀ ਨਾਲ ਹੋਣਾ ਇਹਦੀਆਂ ਭੈਣਾਂ ਹੀ ਨਾਲ ਹੋਣਾ ਉਹ ਚੁੱਪ ਕਰਕੇ ਬਿਮਾਰ ਮਦੀਨਾ ਤਿਆਰੀ ਵੇਦੀ ਪਈ ਹੈ ਕੋਈ ਮਾਮਲ ਤੇ ਨਹੀਂ ਚੜੀ ਕੋਈ ਅਕਬਰ ਨਹੀਂ ਲਹਾਇਆ ਮਾਰਫਤ ਨਹੀਂ ਪਾਕਾਂ ਦੀ ਉਹਨਾਂ ਲੋਕਾਂ ਨੂੰ ਉਹ ਮਾਮਲ ਤੇ ਚੜ੍ਹਦੀ ਹੈ ਸੈਣ ਤੇ ਅਕਬਰ ਲਹਾ ਲੈਂਦਾ
ਆਲ ਮੁਹੰਮਦ ਦੇ ਹਰ ਫਰਦ ਨੂੰ ਪਤਾ ਕਿ ਅਸਾਂ ਅੱਲਾ ਮਨਵਾਵਣ ਵਹਿਣਾ ਹੈ ਜੀ। ਬਿਸਮਿਲ੍ਲਾ। ਬਿਰਾ ਦੇ ਹਿਜਰ ਚ ਬਿਮਾਰ ਹੋਈ ਹੈ, ਕਿਉਂਕਿ ਬਿਮਾਰੀ ਦਾ ਅਸਰ ਨਹੀਂ ਹੋ ਸਕਦਾ। ਵੇਖੋ ਨਾ ਫਿਤਰਤੀ ਬਾਤ ਹੈ, ਇਨਸਾਨੀ ਸ਼ਕਲ ਚ ਆਇਆ, ਬਸ਼ਰੀ ਲਿਬਾਸ ਚ ਆਇਆ। 2 ਸਾਲਾਂ ਦੀ ਹਾਈ ਜੇ ਸੱਕੀ ਮਾਂ ਦਾ ਇੰਤਕਾਲ ਹੋਇਆ। ਆਓ ਮੈਂ ਤੁਹਾਨੂੰ ਮਸਾਇਬ ਸੁਣਾਈ ਜਿਵੇਂ ਮੇਰਾ ਦਿਲ ਹੈ ਔਰ ਤੁਹਾਡਾ ਹੱਕ ਹੈ, ਮੈਂ ਪੂਰੇ ਯਕੀਨ ਨਾਲ ਆਉਣਾ ਜਿਵੇਂ ਅੱਜ ਮੇਰਾ ਦਿਲ ਹੈ। 1900 ਸੈਣ ਉਮੇ ਸਹਾਕ ਅਬਦੁੱਲਾ ਤਮੀਮੀ ਦੀ ਬੇਟੀ ਆਈ, ਪਾਕ ਵਿਛੋੜੇ ਦੀ ਮਲਕਾ ਦੀ ਪਾਕ ਅੰਮਾ, 2 ਸਾਲਾਂ ਦੇ ਅੰਜ ਇੰਤਕਾਲ। ਹਾਂ ਹਾਂ ਆਖਰੀ ਟਾਈਮ ਮੌਲਾ ਹੁਸੈਨ ਪੁੱਛਿਆ ਕੋਈ ਵਸੀਅਤ, ਆਦੀ ਅਕਬਰ ਨੂੰ ਦੱਸੇ ਨਹੀਂ ਆ। ਸੈਣ ਸੁਗਰਾ ਦੀ ਮਾਂ ਅਕਬਰ ਨੂੰ ਸੱਦਿਆ ਹੈ ਅਤੇ ਅਕਬਰ ਦੇ ਹੱਥ ਜੋੜ ਕੇ ਆਦੀ ਹੈ, ਮੈਂ ਕਾਹ ਸ਼ਾਇਦ ਜ਼ਿੰਦਗੀ ਤੇਰੇ ਬਾਬੇ ਕੋਲ ਨਹੀਂ ਮੰਗੀ, ਅਕਬਰ ਮੈਂ ਆਖਰੀ ਟਾਈਮ ਮੰਗਦੀ ਪਈ ਹਾਂ, ਮੇਰੀ ਧੀ ਨਾ ਰੋਵੇ। ਮੇਰੀ ਇੱਕ ਧੀ ਹੈ, ਅਕਬਰ ਮੇਰੇ ਨਾਲ ਵਾਅਦਾ ਕਰ, ਮੇਰੀ ਧੀ ਰੋਵੇ ਨਹੀਂ। ਅਕਬਰ ਨੇ ਪਰਵਰਿਸ਼ ਸ਼ੁਰੂ ਕਰ ਦਿੱਤੀ। ਇਹ ਖਸੂਸਨ ਮੇਰੀਆਂ ਮਾਵਾਂ ਸੈਯਦਜ਼ਾਦੀਆਂ ਦੇ ਹਿੱਸੇ ਦਾ ਅੱਜ ਦਾ ਮਸਾਇਬ ਹੈ। 10 ਸਾਲਾਂ ਦੇ ਅਕਬਰਾਂ ਹਨ, 2 ਸਾਲਾਂ ਦੀ ਸੈਣ ਅਕਬਰ ਦੀ ਭੈਣ ਆਈ, ਅਕਬਰ ਦੇ ਸੀਨੇ 'ਤੇ ਸਮਿਆ। ਅਕਬਰ ਜਿਤਨੇ ਤਾਈਂ ਬਾਹਰ ਹੋਵੇ ਨਾ, ਦਰਵਾਜ਼ਾ ਡੇਢੀ 'ਤੇ ਬੈਠੀ ਰਹਿਆ। ਜੇਲੇ ਅਕਬਰ ਘਰ ਆਵੇ ਨਾ, ਅਕਬਰ ਦੇ ਹੱਥ ਚੁੰਮ ਕੇ ਆਖਿਆ, ਜ਼ਿਆਦਾ ਦੇਰ ਬਾਹਰ ਨਾ ਰਹਿ ਕਰੋ। ਅਕਬਰ ਜਿਤਨੇ ਤਾਈਂ ਤੂੰ ਘਰ ਨੂੰ ਆਉਂਦਾ, ਸੁਗਰਾ ਨੂੰ ਪਾਣੀ ਵੀ ਚੰਗਾ ਨਹੀਂ ਲੱਗਦਾ। ਮੇਰੇ ਸਾਈਂ ਸਖੀ ਸ਼ਾਹ ਮਕਸੂਦ ਬਾਦਸ਼ਾਹ ਹਮਦਾਨੀ ਪੜ੍ਹਦੇ ਹਨ, ਇਮਾਮ ਆਦਿਲ ਹੁੰਦੇ ਨੇ, ਵਲੀ ਆਦਿਲ ਹੁੰਦਾ। 6 ਮਹੀਨੇ ਪਹਿਲੇ ਅਕਬਰ ਅਤੇ ਅਕਬਰ ਦੀ ਭੈਣ ਨੂੰ ਇਮਾਮ ਨੇ ਹਿਜਰ ਦਾ ਕੋਰਸ ਕਰਵਾਇਆ ਹੈ। ਘੱਟ ਬੰਦੇ ਸਮਝਿਓ ਨਾ ਭਾਈ, ਬਿਰਾ ਨੂੰ ਟੁਰਦਾ ਵੇਖ ਕੇ ਮਰ ਨਾ ਮੰਨੇ। ਆਜ਼ਾਨ ਟਾਈਮ ਅਕਬਰ ਅਤੇ ਸੁਗਰਾ ਦੀ ਮੁਲਾਕਾਤ ਕਰਾਉਂਦੇ ਹਾਂ। ਜੁੰਮੇ ਵਾਲਾ ਦਿਹਾੜਾ ਵਕਫ ਆਉਂਦਾ ਹੈ, ਉਦਣ ਮੁਦਾਖਲਤ ਨਹੀਂ ਕਰਦੀ। ਸਾਰੀ ਹਾਸ਼ਮੀ ਮਸਤੂਰਾਂ ਅਲੀ ਅਕਬਰ ਦੀ ਜ਼ਿਆਰਤ ਜੁੰਮੇ ਤੋਂ ਬਾਅਦ ਕਰਨ ਆਉਂਦੀਆਂ ਹਨ। ਬੁਰਕਿਆਂ ਚ ਪਲੇਂਦੀ ਰਹੀ ਬਾ, ਹਰ ਸਾਲ ਇੱਕ ਨਕਾਬ ਵਧਾ ਛੁੜਨੇ ਆ। ਜੁੰਮੇ ਵਾਲੇ ਦਿਹਾੜੇ ਅਲੈਦਾ ਮਸਨਤ 'ਤੇ ਬਹਿ ਵੰਨੇ ਨਾ, ਹਾਸ਼ਮੀ ਮਸਤੂਰਾਂ ਜ਼ਿਆਰਤ ਕਰੇ ਨਾ, ਸਾਰੇ ਨਕਾਬ ਜੁੰਮੇ ਵਾਲੇ ਦੇ ਅਕਬਰ ਦੇ ਲਾਂਦੇ ਆ। ਜਿਹੜੀ ਮਸਤੂਰ ਜ਼ਿਆਰਤ ਕਰੇ ਆਵਤ, ਸੁਗਰਾ ਦੇ ਹੱਥ ਚੁੰਮ ਕੇ ਆਖਿਆ, ਵਿਛੜੀ ਤੇਰਾ ਵੀਰ ਬਹੁ ਸੋਹਣਾ ਹੈ, ਅਤੇ ਵਹਿੰਦੀ ਹੋਈ ਮਸਤੂਰ ਦਾ ਹੱਥ ਨਾਪ ਕੇ ਆਪਣੇ ਹੱਥ ਜੋੜ ਕੇ ਆਖਿਆ, ਦੁਆ ਕੀਤੀ ਵਾ ਇਨਸ਼ਾਅੱਲਾ ਪਚ ਪਵੇ।
ਕਈ ਬਦ ਨਜ਼ਰ ਦੀ ਨਜ਼ਰ ਨਾ ਲੱਗੇ ਮੇਰੇ ਵੀਰ ਨੂੰ। ਹੌਸਲੇ ਨਾਲ ਚੁਰੰਜਾ ਹਿਜਰੀ ਵਿੱਚ ਮੇਰੀ ਪਾਕ ਸੈਨ ਰਬਾਬ ਦੀ ਡੋਲੀ ਆਈ ਦੀਗਰ ਤੱਕ ਇੰਤਜ਼ਾਰ ਕੀਤੀ ਸੀ। ਮਗਰਬ ਤੋਂ ਕੁਝ ਪਹਿਲੇ ਪਾਕ ਸੈਨ ਫਿਜ਼ਾ ਦੇ ਅੱਗੋਂ ਹੱਥ ਜੋੜ ਕੇ ਪਾਕ ਰਬਾਬ ਪੁੱਛਦੇ ਨੇ, ਤੂੰ ਉਹ ਮਸਤੂਰ ਨੂੰ ਜਿਸ ਖਾਬ ਵਿੱਚ ਬਤੂਲ ਦੇ ਨਾਲ ਮੈਨੂੰ ਮਹਿੰਦੀ ਲਾਈ ਆਏ? ਯਾਰ ਮਾਰਫਤ ਵਾਲਾ ਬੰਦਾ ਹੀ ਰੋਵਣਾ ਅੱਜ ਦੇ ਮਸਾਹਿਬ ਹੈ, ਆਮ ਬੰਦਾ ਨਹੀਂ ਰੋ ਸਕਦਾ। ਉਸਲੇ ਸੈਨ ਫਿਜ਼ਾ ਦੀ ਹਾਂ ਹਾਂ ਮੈਂ ਥਾਲੀ ਮਹਿੰਦੀ ਦੀ ਚਾਈ ਹੋਈ ਆਈ, ਜਦੋਂ ਹੁਸੈਨ ਦੀ ਅੰਮਾ ਖਾਬ ਵਿੱਚ ਤੈਨੂੰ ਮਹਿੰਦੀ ਲਾਈ ਆਈ, ਆਦੀ ਮੇਰੇ ਨੇੜੇ ਹੋ, ਮੈਨੂੰ ਛੋਟੀ ਜਿਹੀ ਗੱਲ ਦੱਸ, ਇਹ ਮੇਰੇ ਸਰਦਾਰ ਹੁਸੈਨ ਦੀਆਂ ਭੈਣਾਂ ਕੋਈ ਨਹੀਂ? ਆਦੀ ਮੈਨੂੰ ਸਾਰਾ ਦੇ ਹੋ ਗਿਆ, ਉਹ ਮੈਨੂੰ ਮਿਲਣ ਨਹੀਂ ਆਈਆਂ। ਫਿਜ਼ਾ ਦੀ ਉੱਚਾ ਨਾ ਬੋਲ, ਮਗਰਬ ਹੋਵਣ ਦੇ, ਮਗਰਬ ਤੋਂ ਬਾਅਦ ਮਿਲਸੇ ਨੂੰ ਤਾਂ ਨਾਨੇ ਦੀ ਕਬਰ 'ਤੇ ਅੱਧ ਰਾਤ ਨੂੰ ਆਉਂਦੀਆਂ ਉਹ ਜਿਹੜੀਆਂ ਤਿਆਰ ਹੋਈਆਂ ਖਲੀਆਂ। ਨੌਕਰਾਂ ਜੀ ਹੌਸਲੇ ਨਾਲ, ਹੌਸਲਾ ਹੌਸਲਾ, ਬੜੇ ਹੌਸਲੇ ਨਾਲ ਅੱਜ ਦਾ ਮੈਂ ਸਾਹਿਬ ਸੁਣਿਆ, ਮਗਰੇ ਬੈਨ ਤੋਂ ਬਾਅਦ ਤੈਨੂੰ ਮਿਲਣ ਉਸੇ, ਤੂੰ ਉਹਨਾਂ ਨੂੰ ਕਾਇਨਾਤ ਤੋਂ ਪਿਆਰੀ, ਤੂੰ ਆਕਾ ਹੁਸੈਨ ਦਾ ਹਰਮ ਹੈ। ਜਿਵੇਂ ਮਗਰੇ ਬੈਨ ਗੁਜ਼ਰੀ ਹੈ ਨਾ ਤਾਂ ਨਿਮਾਜ਼ ਤੋਂ ਫਾਰਿਗ ਹੋਈ ਹਰ ਕੋਈ, ਉਸ ਲਈ ਪਾਕ ਸੈਨ ਫਿਜ਼ਾ ਦੀ ਰਬਾਬ ਉੱਠੀ, ਓ ਹੁਸੈਨ ਦੀਆਂ ਭੈਣਾਂ ਆਉਂਦੀਆਂ। ਇਹ ਮੈਂ ਜੁਮਲਾ ਸਮਝਾ ਲਿਆ ਨਾ, ਤੈਨੂੰ ਸਾਰੇ ਸਾਲ ਵਾਸਤੇ ਮਸਾਹਿਬ ਕਾਫੀ ਹੈ। ਅਦਬ ਦੇ ਹੱਥ ਜੋੜ ਕੇ ਖਲੀਏ, ਸਭ ਤੋਂ ਪਹਿਲੇ ਆਲੀਆ ਭਰਜਾਈ ਦਾ ਮੱਥਾ ਚੁੰਮਿਆ, ਭਰਜਾਈ ਤੂੰ ਸਾਡੇ ਵਿਹੜੇ ਆਈ ਹੈ, ਜੰਨਤ ਲਿਖ ਦੇਵਾਂ? ਆਦੀਆ ਨਹੀਂ ਸਾਰੀ ਕਾਇਨਾਤ ਲਿਖ ਦੇਵਾਂ, ਰਬਾਬ ਆਦੀਆ ਨਹੀਂ, ਖਾਬ ਵਿੱਚ ਸਿਰਫ ਬਤੂਲ ਮਹਿੰਦੀ ਨਾ ਲਾਈ, ਕਰਬਲਾ ਵੀ ਦੱਸ ਗਈ ਆਈ। ਉਸਲੇ ਰਬਾਬ ਹੱਥ ਜੋੜ ਕੇ ਆਦੀਆ ਨਾ ਜੰਨਤ ਮੰਗਦੀਆਂ, ਇਹ ਤੇਰੇ ਵੀਰ ਦੀ ਜੁੱਤੀ ਦਾ ਸਦਕਾ ਹੈ, ਅੱਜ ਮੇਰੇ ਨਾਲ ਵਾਅਦਾ ਕਰ ਸਾਰੀ ਜ਼ਿੰਦਗੀ ਸੰਗਤ ਨਾ ਛੁੜੇ ਸੈ, ਮੈਨੂੰ ਆਪਣੀ ਸੰਗਤ ਚੋਂ ਦੂਰ ਨਾ ਕਰੇ। ਸਾਰੀ ਜ਼ਿੰਦਗੀ ਆਪਣੀ ਸੰਗਤ ਚੋਂ ਦੂਰ ਨਾ ਕਰੇ, ਸੈਨ ਵਾਅਦਾ ਕਰ ਛੋੜਿਆ ਆਈ। ਸਾਰੀਆਂ ਮਸਤੂਰਾਂ ਮਿਲੀਆਂ, ਆਖਿਰ ਤੇ ਮੇਰੀ ਪਾਕ ਸੈਨ ਰਬਾਬ ਡਿੱਠਾ। ਹੁਣ ਬਾਈ ਦੀਆਂ ਦੇ ਹਿੱਸੇ ਦਾ ਮਸਾਹਿਬ ਹੈ। ਸੈਨ ਰਬਾਬ ਡਿੱਠਾ, 2 ਸਾਲਾਂ ਦੀ ਬੱਚੀ ਦੀਵਾਰ ਨਾਲ ਸਰ ਲਾ ਕੇ ਰੋਂਦੀ ਖਲੀ, ਬਈ ਸਾਰਾ ਦਿਨ ਜੋ ਖੁਸ਼ੀ ਵਿੱਚ ਗੁਜ਼ਰ ਗਿਆ। ਅਕਬਰ ਘਰ ਤੋਂ ਬਾਹਰ ਆਏ, ਉਸਲੇ ਰਬਾਬ ਪੁੱਛਦੇ ਨੇ, ਆਕਾ ਇਹ ਕੌਣ ਬੱਚੀ ਹੈ? ਹੁਸੈਨ ਫਰਮਾਇੰਦੇ ਨੇ, ਯਤੀਮ ਹੈ। ਉਹ ਬੈਠੇ ਹੋ ਕਈ ਜਮਾਂਦਰੂ ਸ਼ੀਆ, ਬੈਠੇ ਹੋ ਕਈ ਮਾਤਾ ਮੈਂ ਹੁਸੈਨ ਕਰਨ ਵਾਲੇ। ਹੁਸੈਨ ਫਰਮਾਇੰਦੇ ਨੇ, ਦੀ ਮਾਂ ਮਰ ਗਈ ਹੈ,
ਇਹਦੀ ਪਰਵਰਿਸ਼ ਬਿਰਾ ਅਕਬਰ ਕਰਨ ਦਾ ਪਿਆ। ਮਸਲਤ ਤੂੰ ਉੱਠੀ ਹੈ, ਰਬਾਬ ਜ਼ਮੀਨ ਤੇ ਬਹਿ ਗਈ ਹੈ, ਆਦੀ ਹੈ ਮਾਂ ਦੇ ਜ਼ਖਮੀ ਪਹਿਲੂ ਦਾ ਵਾਸਤਾ, ਇਹਦੀ ਪਰਵਰਿਸ਼ ਮੈਨੂੰ ਦੇ। ਮੈਂ ਇਹਦੀ ਪਰਵਰਿਸ਼ ਇੰਜ ਕਰਾਂ ਸਾਰੀ ਜ਼ਿੰਦਗੀ, ਇੰਜ ਪਤਾ ਹੀ ਨਾ ਚੱਲ ਸੀ ਮੈਂ ਤੇਰੀ ਸੱਕੀ ਮਾਂ ਜਾਂ ਨੌਕਰਾਂ। ਹੁਣ ਰੱਜ ਕੇ ਰੋ ਲਿਓ ਜਿਹੜੇ ਆਜ਼ਾਦਾਰ ਤੇ ਮਾਤਮੀ ਬੈਠੇ ਹੋ, ਰੱਜ ਕੇ ਮੁਕਾਣ ਦੇ ਲਿਓ। ਬਲਾ ਨੇ ਆਫਰੀਨ ਮਰਹਬਾ, ਬਲਾ ਨੇ ਇੰਜ ਪਰਵਰਿਸ਼ ਕੀਤੀ। 56 ਹਿਜਰੀ ਹੈ ਸ਼ਾਹ ਜੀ, ਮੇਰੀ ਪਾਕ ਸੈਣ ਮਾਸੂਮਾ ਛੋਟੀ ਬਤੂਲ ਇਸ ਦੁਨੀਆ 'ਤੇ ਆਏ। ਜੇਲੇ ਟੁਰਨ ਲੱਗੇ ਨਾ ਤਾਂ ਪਾਕ ਸੈਣ ਰਬਾਬ ਇੱਕ ਵਾਰੀ ਆਪਣੀ ਧੀ ਮਾਸੂਮਾ ਨੂੰ ਫਰਮਾਇਆ ਕਿ ਜ਼ਿੰਦਗੀ ਵਿੱਚ ਕਦੀ ਸੁਗਰਾ ਦੇ ਅੱਗੋਂ ਉੱਚਾ ਨਾ ਬੋਲੀ, ਸੁਗਰਾ ਦੇ ਅੱਗੋਂ ਨਾ ਟੁਰੀ, ਮਤੋਂ ਨੇ ਅਹਿਸਾਸ ਹੋਵੇ ਕਿ ਮੇਰੀ ਮਾਂ ਮਰੀ ਹੋਈ ਹੈ। ਓਏ ਤਾਂ ਤੀਰ ਆਈ ਜਿਹੜਾ ਰਬਾਬ ਸੈਣ ਦੇ ਮੂੰਹ ਵਿੱਚੋਂ ਨਿਕਲ ਗਿਆ, ਤੇ ਸੁਣ ਲਿਆ ਸੈਣ ਸੁਗਰਾ ਬਾਜ ਪਈ ਹੈ ਵੱਡੀ ਹਵੇਲੀ ਵਿੱਚ, ਸਰ ਤੇ ਹੱਥ ਬੰਨ ਕੇ ਆਦੀ ਹੈ ਮੇਰੀਆਂ ਫੁੱਫੀਆਂ, ਓ ਮੇਰੀਆਂ ਭੈਣਾਂ, ਮੇਰਾ ਪਿਓ ਕਿਤੇ ਘੰਟਾ ਰੋ ਰੋ ਕੇ ਪਿਓ ਦੇ ਗੱਲ 'ਚ ਬਾਈ ਪਾ ਕੇ ਆਦੀ ਆ, ਆਪਣੀ ਮਾਂ ਦਾ ਵਾਸਤਾ ਹੀ ਮੈਨੂੰ ਮਾਂ ਮਿਲਾ, ਉਹ ਮੈਨੂੰ ਸੱਕੀ ਮਾਂ ਮਿਲਾ। ਮੇਰੀ ਧੀ ਤੇਰੀ ਮਾਂ ਮਰ ਗਈ ਹੈ, ਆਦੀ ਆਪਣੀ ਮਾਂ ਦੀ ਅਜ਼ਮਤ ਦਾ ਵਾਸਤਾ ਹੀ ਮੈਨੂੰ ਮਾਂ ਮਿਲਾ। ਮੌਲਾ ਫਰਮਾਇੰਦੇ ਨੇ ਵਤ ਵਾਅਦਾ ਕਰ ਸਾਰੀ ਜ਼ਿੰਦਗੀ, ਹੋਰ ਕੁਸ਼ਨ ਮੰਗਸੈਂ। ਜੁਮਲਾ ਤਾਂ ਇਹੀ ਹੋ ਆ ਜਿਹੜਾ ਮੈਂ ਆਖ ਛੋੜਿਆ, ਸੁਗਰਾਤ ਦੀ ਹੈ ਮੈਨੂੰ ਮਾਂ ਮਿਲਾ। ਸ਼ਬੀਰ ਰੋ ਕੇ ਫਰਮਾਇੰਦੇ ਨੇ ਮਿਲੇ ਨਾ, ਵਾਅਦਾ ਕਰ ਸਾਰੀ ਜ਼ਿੰਦਗੀ ਹੋਰ ਫਰਮਾਇਸ਼ ਕੋਈ ਨਾ ਕਰੇ ਸੈਂ, ਆਦੀ ਬਾਬਾ ਨਾ ਕਰੇ ਸਾਂ। ਪਰ ਮਗਰੇ ਬਹਿਣ ਤੋਂ ਬਾਅਦ ਹੁਸੈਨ ਨੂੰ ਧੀ ਨੂੰ ਹੁਸੈਨ ਚਾਹਿਆ ਹੋਇਆ, ਹੋਏ ਜ਼ਾਕਿਰ ਨੈਨ ਬੰਨ ਪੜਦੇ ਬਈ ਧੀ ਨੂੰ ਚਾਹ ਕੇ ਤੇ ਗਲੀਆਂ ਵੇਦੇ ਵਧੇ ਨੇ ਹੁਸੈਨ ਹੁਸੈਨ ਆਇਆ। ਪਹਿਲੇ ਨਾਨੇ ਦਾ ਸਲਾਮ ਕੀਤਾ, ਵੱਤ ਮਾਂ ਦਾ ਸਲਾਮ ਕੀਤਾ, ਬੈਠੇ ਹੋ ਕੇ ਸੁਣਨ ਵਾਲੇ ਵੱਤ ਸੁਗਰਾ ਦੀ ਮਾਂ ਦੀ ਕਬਰ ਤੇ ਸੁਗਰਾਨ ਬਹਾ ਕੇ ਆਦਾ ਰਾਜ ਮੇਲਾ। ਸੁਗਰਾ ਇੰਜ ਲੇਟੀ ਹੈ ਜਿਵੇਂ ਧੀਆਂ ਮਾਂ ਕੋਲ ਸਮਝਦੀਆਂ, ਮਾਂ ਦੀ ਕਬਰ ਚੁੰਮ ਕੇ ਆਦੀ ਹੈ, ਅੰਮਾ ਦੱਸੇ ਤਹਾ ਯਤੀਮ ਮਿੱਟੀਆਂ ਤੇ ਸਮਝਦੇ ਕਿਵੇਂ, ਅੰਮਾ ਹੁਣ ਮੇਰੀ ਯਤੀਮੀ ਦਾ ਮੌਸਮ ਆ ਗਿਆ ਏ, ਅੰਮਾ ਅਕਬਰ ਦੇ ਬਾਅਦ ਮੈਂ ਮਿੱਟੀਆਂ ਤੇ ਕਿਵੇਂ ਸਮਣਾ ਹੈ। ਰੋ ਲੈ ਆਫਰੀਨ ਮਰਹਬਾ। ਦੂਜਾ ਉਦਾਂ ਯਤੀਮੀ ਮਹਿਸੂਸ ਹੋਈ ਜਦੋਂ ਹੁਸੈਨ ਬਾਦਸ਼ਾਹ ਫਰਮਾਇਆ ਅੱਬਾਸ ਪਤਾ ਕਰ ਅਜੇ ਤਾਈਂ ਇੱਕ ਚਾਬੀ ਨਹੀਂ ਆਈ। ਰੱਜ ਗਏ ਹੋ, ਕਰਾਂ ਸ਼ੁਰੂ ਹੈ। ਸਖੀ ਅੱਬਾਸ ਅਮਾਮਾ ਲਹਾ ਕੇ ਆਦਿਨ ਆਕਾ ਅਸਗਰ ਤੇ ਅਸਗਰ ਦੀ ਮਾਂ ਮਰਨ ਵਾਲੇ ਨੇ,
ਉਹ ਕਈਆਂ ਲਈ ਕੁੰਡੇ 'ਤੇ ਹੱਥ ਪੈਂਦੀ ਹੈ, ਕਈਆਂ ਲਈ ਦਰਵਾਜ਼ਾ ਡੇਢੀ 'ਤੇ ਬੈਠੀ ਹੋਈ ਸੁਗਰਾ ਨੂੰ ਇਹਦੀ ਆਦੀ ਹੈ। ਮੇਰੇ ਅੱਲਾ ਜਿਵੇਂ ਅਲੀ ਦੀ ਮਾਂ ਵਾਸਤੇ ਨਵਾਂ ਦਰ ਬਣਾਇਆ ਏ, ਮੈਂ ਵੀ ਮਾਂ ਤਾਂ ਅਲੀ ਦੀਆਂ ਨਾ, ਮੇਰੀ ਵਾਸਤੇ ਨਵਾਂ ਦਰ ਬਣਾ। ਜਾਂ ਮੇਰੇ ਸਾਹ ਲਾਏ, ਮੈਂ ਸੁਗਰਾ ਨੂੰ ਚਾਬੀ ਕਿਵੇਂ ਦੇਵਾਂ? ਹੁਸੈਨ ਫਰਮਾਈਂਦੇ ਨੇ, ਚਾਬੀ ਮੈਨੂੰ ਦੇ, ਮੇਰੀ ਕੰਢ ਪਿੱਛੋਂ ਗੁਜ਼ਰ ਜਾ। ਮਾਤਮ 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 ਮਾਤਮ, ਪਤਾ ਨਹੀਂ ਵੱਤ ਮੁਹਰਮ ਨਸੀਬ ਹੈ ਜਾਂ ਕੋਈ ਨਹੀਂ। ਸੈਯਦਾ ਦਿਨ ਮੇਰੀ ਧੀ ਹੈ ਗਏ ਵੀ ਚਾਬੀ ਹੈ, ਆਦੀ ਹੈ ਬਾਬਾ ਤੁਸੀਂ ਚਾਬੀ ਆਦੇ ਹੋ, ਮੈਨੂੰ ਤੁਹਾਡਾ ਚਿਹਰਾ ਹੀ ਨਜ਼ਰ ਨਹੀਂ ਆਉਂਦਾ। ਸੈਯਦਾ ਦਾ ਮੇਰੀ ਬਛੜੀ ਨਜ਼ਰ ਘੱਟ ਗਈ ਹੈ, ਆਦੀ ਹੈ ਕੁਰਾਨ ਦਾ ਫੈਸਲਾ ਯਾਕੂਬ ਦਾ ਹਿੱਕ ਟੁਰਿਆ ਏ, ਉਹਦੀ ਨਜ਼ਰ ਘੱਟ ਗਈ। ਆਈ ਬਾਬਾ ਮੇਰੇ 72 ਯੂਸਫ ਪਰ ਟੁਰਦੇ ਨੇ, ਮੇਰਾ ਅਕਬਰ ਯੂਸਫ, ਮੇਰਾ ਕਾਸਿਮ ਯੂਸਫ, ਮੇਰੇ ਆਉਣ ਮੁਹੰਮਦ ਯੂਸਫ, ਮੇਰਾ ਕੋਈ ਇੱਕ ਯੂਸਫ ਪਿਆ ਟੁਰਦਾ ਹੈ। ਸੈਯਦਾ ਨੇ ਬੜੀ ਮੁਕਦਰਾਂ ਵਾਲੀ ਅਤੇ ਅਹਿਮੀਅਤ ਵਾਲੀ ਚਾਬੀ ਆਈ, ਇਹਨੂੰ ਨੱਪ। ਉਸੇ ਲਈ ਚਾਬੀ ਹੱਥ 'ਤੇ ਰੱਖੀ ਸੀ, ਬਾਵੇਂ ਬਿਮਾਰ ਆਈ, ਹੁਸੈਨ ਦੀ ਕੰਢ ਪਿੱਛੋਂ ਕੋਈ ਪੈਰਾਂ ਦੀ ਆਵਾਜ਼ ਆਈ, ਮਾਂ ਨੂੰ ਤ੍ਰਿਖਾ ਟੁਰਦਾ ਡਿੱਠਾ, ਚਾਬੀ ਸੱਟ ਛੋੜੀ, ਬਿਮਾਰ ਆਈ ਬਾਜ ਪਈ ਏ। ਅੰਮਾ ਰਬਾਬ ਦੇ ਗੱਲ 'ਚ ਬਾਈ ਪਾ ਕੇ ਆਦੀ ਇੱਥੇ ਆ ਅੱਜ ਅਹਿਸਾਸ, ਓ ਯਤੀਮੀ ਦਾਨਾ ਇਸ ਤੂੰ ਕਬਾਲ ਖਿਆਲ, ਉੱਥੇ ਆ ਅੱਜ ਅਹਿਸਾਸ, ਉੱਥੇ ਆ ਅੱਜ ਅਹਿਸਾਸ ਜੀ ਕਰਾਂ। ਓ ਯਤੀਮੀ ਦਾਨਾ ਇਸ ਤੂੰ ਕਬਾਲ ਖਿਆਲ, ਮੈਂ ਸਮਝਿਆ ਮੇਰੀ ਮਾਂ ਦੀ ਜਾਂ ਮਾਂ ਅਸਗਰ ਦੀ ਜੋ ਨਾਲ, ਆਦਿ ਅੱਜ ਸਮਝ ਗਈਆਂ ਮਾਂ ਹੁੰਦੀ ਜੀਓ ਬਾਈ ਜੀ ਕਰਾਂ। ਆਦੀ ਬੇਸ਼ੱਕ ਵੰਸ਼ਾਲਾ ਪੂਰੀ ਉਤਰੀ, ਬਾਬੇ ਦੇ ਅੱਗੋਂ ਹੱਥ ਬੰਨ ਕੇ ਆਦੀ ਇੱਕ ਇਜਾਜ਼ਤ ਮੰਗਦੀ ਹਾਂ। ਦਰਵਾਜ਼ਾ ਡੇਢੀ ਦੇ ਅੰਦਰੋਂ ਹਰ ਸੱਜਣ ਆਪਣੀ ਆਪਣੀ ਸਵਾਰੀ ਤੋਂ ਲੈ ਕੇ ਮੇਰੇ ਨਾਲ ਆਖਰੀ ਵਿਦਾ ਕਰੇ। ਉਮਲ ਬਨੀਨ ਦੇ ਅੱਗੋਂ ਹੱਥ ਜੋੜ ਕੇ ਆਦੀ ਤੂੰ ਦੱਸੇਂਦੀ ਨਹੀਂ ਹੁਣ ਘੋੜੇ 'ਤੇ ਕਿਹੜਾ ਹੈ, ਮਹਿਮਲ 'ਤੇ ਕਿਹੜੀ। ਉਮਲ ਬਨੀਨ ਚਿੱਟੇ ਸਰ ਤੇ ਮਾਤਮ ਕਰਕੇ ਆਦੀ ਹੈ, ਜ਼ੁਲ ਜਨਾ ਦੀ ਜ਼ੀਨ 'ਚ ਬਾਬਾ ਬਹਿ ਗਿਆ ਈ, ਆਦੀ ਹੈ ਮੇਰੀ ਗੁਰਬਤ ਦਾ ਵਾਸਤਾ ਈ, ਮੇਰੇ ਬਾਬੇ ਨੂੰ ਤਕਲੀਫ ਨਾ ਦੇ। ਉਮਲ ਬਨੀਨ ਆਦੀ ਹੈ ਹੁਣ ਚਾਚਾ ਘੋੜੇ 'ਤੇ ਸਵਾਰ ਪਿਆਉਂਦੀ, ਆਦੀ ਹੈ ਮੇਰੀ ਬਿਮਾਰੀ ਦਾ ਵਾਸਤਾ ਈ, ਇੱਕ ਵਾਰੀ ਨਾ ਚੜਨ ਦੇ। ਮੇਰੇ ਚਾਚੇ ਨੂੰ ਬੁਲਾ, ਚਾਚਾ ਅੰਦਰ ਆਇਆ ਹੈ, ਬੱਤਰੀ ਜ਼ਮੀਨ 'ਤੇ ਚਾਪਣੀ ਚਾਦਰ ਵਿਛਾਈ ਹੈ, ਆਦੀ ਹੈ ਚਾਚਾ ਜਲਦੀ ਬੜੀ ਏ ਮੇਰੀ ਚਾਦਰ 'ਤੇ ਬਹੁ। ਸੈਯਦਾ ਦਾ ਨੌਕਰ ਸਰਦਾਰਾਂ ਦੀਆਂ ਚਾਦਰਾਂ 'ਤੇ ਨਹੀਂ ਬਹੁ। ਹੌਸਲਾ 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 ਹੌਸਲਾ, ਮੈਨੂੰ ਮੁਕੰਮਲ ਮਸਾਇਬ ਪੜ੍ਹਨ ਦੇਵਿਆ।
ਗਾਜ਼ੀ ਆਦੇ ਨੌਕਰ ਸਰਦਾਰਾਂ ਦੀਆਂ ਚਾਦਰਾਂ ਤੇ ਨਹੀਂ ਬਾਂਧੇ, ਹੱਥ ਜੋੜ ਕੇ ਆਦੀਏ ਮੇਰਾ ਤਾਂ ਅਲਮ ਵਾਲਾ ਚਾਚਾ ਦੁਆ ਦਿੱਤੀ ਸੀ। ਤਫਸੀਲ ਦਾ ਵਕਤ ਹੀ ਨਹੀਂ ਰਿਹਾ, ਮਤਾ ਕੋਈ ਮੋਮਿਨ ਮਾਤਮੀ ਮਰ ਜਾਏ, ਅਕਬਰ ਨੂੰ ਆਦੀ ਇੱਕ ਵਾਰੀ ਬੁਲਾ, ਜਿਸ ਮਸਾਹਿਬ ਵਾਸਤੇ ਜਿਸ ਵਿਛੋੜੇ ਵਾਸਤੇ ਸ਼ੀਆ ਸੁਨੀ ਇਕੱਠੇ ਹੋ, ਅਕਬਰ ਆਇਆ ਬਾਹਣ ਲੱਗਾ ਆਦੀ ਨਹੀਂ ਇੱਥੇ ਚਾਚਾ ਬੈਠਾ ਹੈ, ਤੋਂ ਇੱਥੇ ਨਹੀਂ ਤੈਂ ਹੁਜਰੇ 'ਚ ਬਾਹਣਾ। ਦੋਵੇਂ ਬਿਰਾ ਬਹਿਣ ਬਿਰਾ ਇੱਕ ਦੂਏ ਦੇ ਅਦਬ ਤੋਂ ਖਲੋਤੇ, ਅਕਬਰ ਆਦਾ ਸੁਗਰਾ ਟੁਰੇ, ਸੁਗਰਾ ਆਦੀ ਅਕਬਰ ਟੁਰੇ, ਆਦੀ ਮੇਰੀ ਬਿਮਾਰੀ ਦਾ ਵਾਸਤਾ ਹੀ, ਅੱਜ ਤੂੰ ਪਹਿਲੇ ਟੁਰ ਬੈਠੇ ਹੋ। ਅਕਬਰ ਟੁਰਦਾ ਹੈ ਜਿਵੇਂ ਬਿੱਤੀ ਤੇ ਨਕਸ਼ ਲੱਗਦੇ ਨਾ ਆਪਣੇ ਬੁਰਕੇ ਨਾਲ, ਖਜੇਂਦੀ ਵਧੀਏ ਆਦੀ ਵਧੀਏ, ਮੈਨੂੰ ਦਾਦੀ ਦੱਸਿਆ ਏ ਇਹਨਾਂ ਕਦਮਾਂ ਦੇ ਨਿਸ਼ਾਨਾਂ ਤੇ ਜੀਵਣਾ ਹੀ। ਇੱਕ ਵਾਰੀ ਸਾਰੇ ਆਖੋ ਹਾਏ ਸੁਗਰਾ, ਸਾਰਾ ਮਜਮਾ ਆਖੋ ਹਾਏ ਹਾਏ ਵਿਛੜੀ, ਆਦੀ ਏ ਮੇਰੇ ਹੁਜਰੇ ਚੋਰ, ਆਪਣੇ ਹੁਜਰੇ ਚਾਦਰ ਵਿਛਾਈ, ਸਾਦੀ ਏ ਮੇਰੀ ਚਾਦਰ ਤੇ ਬਹੁ। ਅਕਬਰ ਇੰਜ ਬੈਠੇ ਨੇ ਜਿਵੇਂ ਨਮਾਜ਼ੀ ਤਸ਼ਹੁਦੇ 'ਚ ਬਾਂਧਾ, ਆਦੀ ਇੰਜ ਨਹੀਂ ਇੰਜ ਸਾਉ ਜਿਵੇਂ ਜਨਾਜ਼ੇ ਸਮਦੇ। ਦੁਆ ਮੰਗਿਆ ਮੈਂ ਤੁਹਾਨੂੰ ਸੁਣਾ ਲਈ, ਜਿਵੇਂ ਅਕਬਰ ਸੁੱਤੇ ਨੇ, ਸ਼ਾਹ ਮਕਸੂਦ ਹਮਦਾਨੀ ਬਾਦਸ਼ਾਹ ਫਰਮਾਈਂਦੇ ਹਨ, ਚੱਕਰ ਕੱਟੇ ਅਕਬਰ ਦੇ ਜਿਵੇਂ ਹਾਜੀ ਕਾਬੇ ਦਾ ਤਵਾਫ ਕਰੇਂਦਾ, ਸੱਤਵੇਂ ਚੱਕਰ ਤੇ ਉੱਥੇ ਮੂੰਹ ਰੱਖਿਆ ਜਿੱਥੇ ਬਰਛੀ ਲੱਗਣੀ ਆਈ, ਆਦੀਏ ਆਬਾਦ ਬਟਣ ਤੂੰ ਖੁੱਲੇ ਨਾ ਮੈਂ ਖੋਲਾ, ਆਦੀਏ ਮੇਰਾ ਸੋਹਣਾ ਵੀਰ ਆਪ ਦੱਸ ਕਿੱਥੇ ਬਰਛੀ ਲੱਗਣੀ ਹੈ। ਭੈਣ ਬਿਰਾ ਦੇ ਸੀਨੇ ਤੇ ਮੂੰਹ ਰੱਖਿਆ, ਦੋਵੇਂ ਭੈਣ ਬਿਰਾਵਾਂ ਦੀਆਂ ਨਬਜ਼ਾਂ ਰੁਕ ਗਈਆਂ। ਅੱਬਾ ਸਮਾ ਮਲਾ ਕੇ ਟੱਕਰ ਮਾਰ ਕੇ ਆਦਾ, ਆਖਾ ਤਿਆਰੀ ਰੋਕ ਦੀ ਮਰ ਗਈ। ਇੱਕ ਹੱਥ ਸੁਗਰਾ ਦਾ ਹੁਸੈਨ ਨਾ ਪਿਆ ਹੈ, ਅਕਬਰ ਦਾ ਹੱਥ ਗਾਜ਼ੀ ਨਾ ਪਿਆ ਹੈ, ਮੈਂ ਇੱਧਰ ਵਿਖਿਆ ਹੈ। ਹੁਣ ਧੀਆਂ ਦਾ ਮਸਾਹਿਬ ਮਾਵਾਂ ਦਾ ਸ਼ੁਰੂ ਹੋ ਗਿਆ, ਜਿਵੇਂ ਧੀ ਨੂੰ ਉਠਾਇਆ ਅੱਬਾਸ ਅਕਬਰ ਨੂੰ ਉਠਾਇਆ ਹੈ, ਸੁਗਰਾ ਭਾਵੇਂ ਬਿਮਾਰ ਆ ਜਲਦੀ ਜਲਦੀ ਆਪਣੇ ਬੁਰਕੇ ਦਾ ਪੱਲੂ ਅਕਬਰ ਦੀ ਆਬਾਦ ਦਾ ਪੱਲੂ ਗੱਡ ਬੱਧੀ। ਸੈਯਦ ਆਦਾ ਕਿਆ ਪਈ ਕਰੇ ਨੀ ਆਦੀ ਪੱਲੂ ਬੰਨਣ ਦੀ ਵਾਰੀ ਵੇ, ਉਹ ਚਲੇ ਹੁਸੈਨ ਅਰਸ਼ ਦੇ ਮੂੰਹ ਕਰਕੇ ਆਦਾ ਵਾਦਾ ਹੋਇਆ ਆਦੀ ਮੇਰੀ ਜਦ ਅਕਬਰ ਨੂੰ ਪਰਨੈਸ, ਆਦਮ ਤੂੰ ਲੈ ਕੇ ਖਾਤਮ ਤਾਈਂ ਇਹਦੇ ਕੁੱਲ ਜਾਂਜੀ ਬੁਲਵਾਏ। ਸੈਯਦ ਫਕੀਰ ਸਾਰੇ ਮਾਤਮੀ ਮੈਨੂੰ ਮਾਫੀ ਦਿਵੇ ਆਏ, ਹੁਸੈਨ ਉੱਤਾ ਵੇਖ ਕੇ ਆਦਾ ਖਲਾਏ, ਜਦਾਂ ਜੰਜ ਚੜ ਸੀ ਵਿੱਚ ਕਰ ਬਲ ਦੇ ਤੈਨੂੰ ਮੌਜ ਦੇ ਨਾਲ ਵੇਖੇ ਜੀ ਕਰਾ, ਹੁਸੈਨ ਰੋ ਰੋ ਕੇ ਆਦਾ ਖਲਾ, ਜਦਾਂ ਜੰਜ ਚੜ ਸੀ ਪਾਕ ਹੁਸੈਨ ਦਾ ਵਾਸਤਾ ਨੇ ਮੈਨੂੰ ਮਾਫ।
ਮੇਰੇ ਨਾਲ ਵਾਅਦਾ ਕਰ, ਮੈਨੂੰ ਅਕਬਰ ਦੀ ਸ਼ਾਦੀ ਤੇ ਸਦੇ ਚ। ਉਹ ਮੈਨੂੰ ਬਾਰ ਬਾਰ ਮਾਤਮੀਆਂ ਹੁਕਮ ਦਿੱਤਾ ਹੈ, ਅਕਬਰ ਦੀ ਸ਼ਾਦੀ ਨਹੀਂ ਹੋਈ, ਜੰਜ ਤੇ ਲੋਟੀ ਪੈ ਗਈ। ਦਾਵੀ ਦੀਦੀ ਗੇਰੇ ਹੁਸੈਨ ਜ਼ਖਮੀ ਹੈ, ਹੁਸੈਨ ਡਿੱਠਾ ਹੈ ਤਾਂ ਡਾਚੀ ਤੂੰ ਇੱਕ ਬੰਦਾ ਲੱਥਾ ਹੈ, ਉਹਦੇ ਹੱਥ ਚ ਖਾਤਾ ਹੀ ਪੁੱਛਦਾ ਵਦਾ ਕੋਈ ਹੁਸੈਨ ਦੱਸੋ ਉਹ ਦੀਦੀ ਦਾ ਖਤ ਲਈ ਵਦਾ। ਹੁਸੈਨ ਆਦਾ ਮੈਂ ਕਿਵੇਂ ਮੰਨਾ ਜੇ ਤੂੰ ਹੁਸੈਨ, ਮੈਨੂੰ ਤੇਰੀ ਧੀ ਆਖਿਆ, ਸੁਨਹਿਰੀ ਤਖਤੋਂ ਸੀ, ਸਜਿਓ ਗਾਜ਼ੀ ਓ ਸੀ, ਖਬਿਓ ਅਕਬਰ ਓ ਸੀ, ਮੇਰੇ ਪਿਓ ਦੇ ਸਰ ਤੇ ਤਾਜ ਓ ਸੀ। ਉਹ ਚਲੇ ਹੁਸੈਨ ਆਦਾ ਅਕਬਰ ਗਵਾਹੀ ਦੇ, ਤੇਰੀ ਭੈਣ ਦਾ ਕਾਤਿਲ ਮੈਨੂੰ ਹੁਸੈਨ ਨਹੀਂ ਮੰਨਦਾ। ਹੌਸਲਾ ਆ, ਹੱਥ ਨਾਪ ਲਿਓ ਜੇ ਮੈਂ ਪੜ੍ਹਨਾ ਤਾਂ ਪਕੜ ਲਓ, ਪਕੜ ਲਓ ਮਾਤਮੀ ਨੂੰ। ਉਹ ਕਾਸੇ ਦਾਦਾ ਜੇ ਤੂੰ ਹੁਸੈਨ, ਤੇਰੀ ਧੀ ਆਖਿਆ ਖਤ ਦਾ ਜਵਾਬ ਲਾਇਆ। ਹੁਸੈਨ ਸੱਜੇ ਖੱਬੇ ਡਿੱਠਾ, ਨਾ ਕਾਗਜ਼ ਆਈ ਨਾ ਕਲਮ ਆਈ, ਧੀ ਦੇ ਖਤ ਦੇ ਪਿਛਲੇ ਪਾਸੇ ਅਕਬਰ ਦੇ ਸੀਨੇ ਦਾ ਖੂਨ ਲੈ ਕੇ ਆ ਦਿਨ ਤੇਰਾ ਉਵੇਲੇ ਖਤ ਮਿਲਿਆ ਸੁਗਰਾ, ਜਦਾ ਥੀ ਗਈ ਰਸਮ ਤਮਾਮ, ਉਹ ਪਾਸੇ ਰਾ ਸੁਰਖ ਕਾਲੀ ਨੂੰ ਤੇ ਕੀਤਾ ਅਕਬਰ ਹੁਣ ਆਰਾ ਮਾਫੀ ਦਿਵਿਆ। ਉਹ ਕਾਲ ਜਾਂਜ ਅਕਬਰ ਦੀ ਮਾਤਾ ਮੈਂ ਹੋ।